ਗੁਰਮੁਖ ਪਿਆਰਿਓ ਆਪਾਂ ਨਵੇਂ ਸਾਲ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਖੁਸ਼ੀ ਮਨਾਉਨੇ ਆ ਤੇ ਆਪਾਂ ਦੀਵਾਲੀ ਨੂੰ ਲੈ ਕੇ ਹੋਰ ਨਾ ਤਿਹਾਰਾਂ ਨੂੰ ਲੈ ਕੇ ਵੀ ਬਹੁਤ ਖੁਸ਼ੀ ਮਨਾਉਨੇ ਆ ਦੇਖੋ ਜੀ ਖੁਸ਼ੀ ਮਨਾਓ ਬਿਲਕੁਲ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਨੇ ਹਾਸੇ ਵੰਡਣੇ ਚਾਹੀਦੇ ਨੇ ਪਰ ਮੈਂ ਬੇਨਤੀ ਕਰਾਂ ਪਿਆਰਿਓ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣ ਦੀ ਵੀ ਖਾਸ ਜ਼ਰੂਰਤ ਹੈ। ਸੋ ਪਹਿਲਾਂ ਤਾਂ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ ਨਵਾਂ ਸਾਲ ਜਦੋਂ ਵੀ ਆਉਂਦਾ ਹੈ ਤੇ ਆਪਾਂ ਨੂੰ ਲੱਗਦਾ ਹੈ ਵੀ ਨਵਾਂ ਸਾਲ ਸ਼ੁਰੂ ਹੋ ਗਿਆ ਵੀ ਸ਼ਾਇਦ ਸਾਡਾ ਵੀ ਕੁਝ ਬਦਲ ਜਾਏ। ਦੀਵਾਲੀ ਆ ਗਈ ਇਸ ਦੀਵਾਲੀ ਦੇ ਵਿੱਚ ਸਾਰੇ ਗਮਾਂ ਨੂੰ ਅਸੀਂ ਪਾਸੇ ਕਰਕੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਾਂਗੇ ਅਸੀਂ ਆ ਸਾਡੇ ਲਈ ਚੰਗਾ ਦਿਨ ਹੈ ਆ ਭਲਾ ਦਿਨ ਹੈ ਫਲਾਨਾ ਦਿਨ ਚੰਗਾ ਹੈ ਆ ਦਿਨ ਅਸੀਂ ਨਵੇਂ ਦਿਨ ਦੀ ਸ਼ੁਰੂਆਤ ਕਰਾਂਗੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਾਂਗੇ ਸਭ ਕੁਝ ਪੁਰਾਣਾ ਛੱਡ ਦਾਂਗੇ ਸਭ ਕੁਝ ਉਹ ਚੀਜ਼ਾਂ ਜਿਹੜੀਆਂ ਨੇ ਪਿੱਛੇ ਛੱਡ ਦਾਂਗੇ ਆ ਚੀਜ਼ਾਂ ਦਾ ਸਾਨੂੰ ਬਹੁਤ ਜ਼ਿਆਦਾ ਵੱਡਾ ਜਿਹੜਾ ਹੈ ਉਹ ਇੱਕ ਦਮ-ਧਮਾ ਜਾ ਹੁੰਦਾ ਵੀ ਬਸ ਪਤਾ ਨਹੀਂ ਕੀ ਹੋ ਜਾਣਾ ਸਤ ਸੰਗਤ ਬੇਨਤੀ ਕਰਾਂ ਇਹ ਇਹ ਚਾ ਇਹ ਖੁਸ਼ੀਆਂ ਦੀਆਂ ਥੋੜੇ ਟਾਈਮ ਲਈ ਹੁੰਦੀਆਂ ਨੇ ਥੋੜਾ ਜਿਹਾ ਵਕਤ ਹੀ ਹੁੰਦਾ ਇਹਨਾਂ ਚੀਜ਼ਾਂ ਲਈ ਬਸ ਆਪਾਂ ਕੁਝ ਕੀ ਚੀਜ਼ਾਂ ਸੋਚਦੇ ਹੁੰਨੇ ਆ ਵੀ ਐ ਹੋ ਜਾਊਗਾ ਆ ਕਰਦਾਂਗੇ ਅਸੀਂ ਸੋਚਦੇ ਆ ਵੀ ਆਪਣੇ ਖਾਸ ਮਿੱਤਰ ਦੋਸਤ ਨੂੰ ਮਿਲਾਂਗੇ ਆ ਦਿਨ ਅਸੀਂ ਇੱਕ ਦੂਜੇ ਨੂੰ ਸਰਪ੍ਰਾਈਜ਼ ਦਵਾਂਗੇ ਅਸੀਂ ਸੋਚਦੇ ਆਂ ਵੀ ਆਹ ਦਿਨ ਅਸੀਂ ਕੋਈ ਨਵੀਂ ਚੀਜ਼ ਲਿਆਵਾਂਗੇ ਅਸੀਂ ਐਂ ਕਰਾਂਗੇ ਅਸੀਂ ਉਹ ਕਰਾਂਗੇ ਬਹੁਤ ਕੁਝ ਸੋਚਦੇ ਆਂ ਜੀ ਲਗਭਗ ਬਹੁਤ ਸਾਰੀਆਂ ਚੀਜ਼ਾਂ ਸਾਡੇ ਜ਼ਿਹਨ ਵਿੱਚ ਹੁੰਦੀਆਂ ਨੇ ਸਾਡੇ ਧਿਆਨ ਵਿੱਚ ਹੁੰਦੀਆਂ ਨੇ ਸੋ ਸਾਥ ਸੰਗਤ ਬਹੁਤ ਗੱਲਾਂ ਬਾਤਾਂ ਸੀ ਇੱਧਰ ਉੱਧਰ ਦੀਆਂ ਕਰਦੇ ਆਂ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਕਰਨੀਆਂ ਪੈਂਦੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਅਸੀਂ ਸੋਚਦੇ ਆਂ ਇੰਜ ਕਰੀਏ ਇੰਜ ਕਰੀਏ ਐਵੇਂ ਕਰੀਏ ਆਹ ਕਰ ਲਈਏ ਉਹ ਕਰ ਲਈਏ ਬਹੁਤ ਸਾਰੀਆਂ ਚੀਜ਼ਾਂ ਅਸੀਂ ਸੋਚਦੇ ਆਂ ਸੋ ਪਿਆਰਿਓ ਪਰ ਜਿਵੇਂ ਅਸੀਂ ਸੋਚਦੇ ਹਾਂ ਸਾਰਾ ਕੁਝ ਓਵੇਂ ਤਾਂ ਨਹੀਂ ਹੁੰਦਾ ਹੁੰਦਾ ਤੇ ਓਵੇਂ ਆ ਨਾ ਜਿਵੇਂ ਉਹਨੂੰ ਮਨਜ਼ੂਰ ਹੁੰਦਾ ਹੈ ਜਿਵੇਂ ਉਹਨੇ ਕਰਨਾ ਹੈ ਓਵੇਂ ਹੁੰਦਾ ਨਾ ਸਾਰਾ ਕੁਝ ਜਿਵੇਂ ਉਹ ਕਰ ਰਿਹਾ ਏ ਓਵੇਂ ਹੁੰਦਾ ਨਾ ਸਾਰਾ ਕੁਝ ਜਿਵੇਂ ਉਹਨੇ ਸੋਚਿਆ ਓਵੇਂ ਸਾਰਾ ਕੁਝ ਹੋਏਗਾ ਜਿਵੇਂ ਉਹ ਕਰਦਾ ਹੈ ਓਵੇਂ ਸਾਰਾ ਕੁਝ ਹੁੰਦਾ ਹੈ ਸਾਰ ਸੰਗਤ ਮੈਂ ਫੇਰ ਬੇਨਤੀ ਕਰਦਾ ਦੁਬਾਰਾ ਤੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਰਹਿਮਤ ਜਿਹੜੀ ਹੈ ਪਿਆਰਿਓ ਉਹਨਾਂ ਤੇ ਵਰਤਦੀ ਹੈ ਜਿਹੜੇ ਉਹਨੂੰ ਸਮਝ ਪਾਉਂਦੇ ਨੇ ਉਹਨੂੰ ਸਮਝਿਆ ਕਿੱਦਾਂ ਜਾਏਗਾ ਜੀ ਸਾਰਾ ਕੁਝ ਉਹਦੇ ਬਾਣੇ ਵਿੱਚ ਹੀ ਹੁੰਦਾ ਆਪਾਂ ਉਹਦੇ ਤੋਂ ਬਾਹਰ ਨਹੀਂ ਜਾ ਸਕਦੇ ਉਦੇ ਭਾਣੇ ਵਿੱਚ ਉਦੇ ਹੁਕਮ ਵਿੱਚ ਰਹਿਣਾ ਪਏਗਾ ਜੇ ਉਹ ਸਾਡੇ ਨਾਲ ਜਿਵੇਂ ਮਰਜ਼ੀ ਕਰਦੇ ਕਹਿਣਾ ਪਏਗਾ ਚਲੋ ਜੀ ਰੰਗ ਨੇ ਜੀ ਉਹਦੇ ਆਪਾਂ ਕਿਹੜਾ ਕੁਝ ਕਰ ਸਕਦੇ ਆ ਤੇ ਓਵੇਂ ਮੰਨਣਾ ਪਏਗਾ ਸਾਨੂੰ ਓਵੇਂ ਜਿੱਕਰ ਮੰਨਣਾ ਪਏਗਾ ਜਿਵੇਂ ਉਹਨੇ ਰੱਖ ਲਿਆ ਜਿੱਥੇ ਮਾਲਕ ਰੱਖੇਗਾ ਰਹਿਣਾ ਪਏਗਾ ਜੀ ਐਂ ਥੋੜੀ ਕਹਾਂਗੇ ਮੈਂ ਨਹੀਂ ਉੱਥੇ ਰਹਿੰਦਾ ਜਿਹੋ ਜਿਹੇ ਹਾਲਾਤ ਜੇ ਚੰਗੇ ਹਾਲਾਤਾਂ ਚ ਮੈਂ ਬੇਨਤੀ ਕਰਾਂ ਜੇ ਆਪਾਂ ਕਿਸੇ ਦਾ ਮਾੜਾ ਨਹੀਂ ਕਰਾਂਗੇ ਤੇ ਆਪਣੇ ਲਈ ਚੰਗੇ ਹਾਲਾਤ ਇਖਤਿਆਰ ਕਰਕੇ ਪਰਮਾਤਮਾ ਨੇ ਰੱਖਣੇ ਨੇ ਜੇ ਅਸੀਂ ਕਿਸੇ ਦਾ ਮਾੜਾ ਕਰਾਂਗੇ ਸਾਡੇ ਲਈ ਮਾੜੇ ਹਾਲਾਤ ਤਿਆਰ ਕਰਕੇ ਰੱਬ ਨੇ ਰੱਖਣੇ ਨੇ ਜਿਹੜਾ ਬੰਦਾ ਸਾਰੀ ਉਮਰ ਲੋਕਾਂ ਦਾ ਬੁਰਾਈ ਲੋਚਦਾ ਰਿਹਾ ਹੋਵੇ ਆਪਣੇ ਲਈ ਸੁੱਖ ਭਾਲੇ ਇਹ ਗੱਲ ਸਹੀ ਨਹੀਂ ਫਾਤਿਹ ਸ਼ਾਹ ਕਹਿੰਦੇ ਨੇ ਉਹਦੇ ਲਈ ਸਤਿਗੁਰੂ ਫਿਰ ਆਪ ਤੈਅ ਕਰਦੇ ਨੇ ਵੀ ਉਹਨੂੰ ਕਿਹੜੇ ਮਾਰਗ ਤੋਰਨਾ ਹੈ ਜਿਹੜਾ ਬੰਦਾ ਕਿਸੇ ਲਈ ਈਰਖਾ ਦੁਸ਼ਵੈਸ਼ ਭਾਵਨਾ ਦਿਲ 'ਚ ਨਾ ਰੱਖੇ ਜਿਹੜਾ ਕਹੇ ਵੀ ਸਭਨਾਂ ਦੀ ਭਲਾ ਹੋਵੇ ਕਿਸੇ ਦਾ ਬੁਰਾ ਨਾ ਹੋਵੇ ਫਿਰ ਉਹਦੇ ਲਈ ਸਤਿਗੁਰੂ ਰਸਤਾ ਅਲੱਗ ਚੁਣਦੇ ਨੇ ਵੀ ਤੂੰ ਇੱਧਰ ਨਹੀਂ ਜਾਣਾ ਤੂੰ ਇੱਧਰ ਜਾਣਾ ਤੇਰੇ ਲਈ ਇੱਧਰ ਸੁੱਖ ਨਹੀਂ ਸਾਧ ਸੰਗਤ ਆਪਾਂ ਗੁਰਬਾਣੀ ਦੇ ਵਿੱਚੋਂ ਅਨੇਕਾਂ ਉਦਾਹਰਨਾਂ ਇਹੋ ਜਿਹੀ ਆ ਪੜ ਸਕਦੇ ਆ ਪਾਤਸ਼ਾਹ ਕਹਿੰਦੇ ਨੇ ਹਰ ਕੀ ਭਗਤ ਕਰਹੋ ਮਨमीत ਨਿਰਮਲ ਹੋਏ ਤੁਮਾਰੋ ਚੀਤ ਇਥੇ ਪਾਠ ਰਹਿਣਾ ਤੁਮਾਰੋ ਤੁਮਾਰੋ ਮੈਂ ਤਾਂ ਬੋਲਿਆ ਕਿਉਂਕਿ ਜਿਹੜੀ ਪੈਰ ਦੇ ਵਿੱਚ ਮੰਮੇ ਦੇ ਲਾਮ ਪੈ ਗਈ ਨਾ ਉਹ ਥੋੜਾ ਜਿਹਾ ਖਿੱਚ ਕੇ ਸ਼ਬਦ ਬੋਲਿਆ ਜਾਏਗਾ ਤੁਮਾਰੋ ਭਾਵ ਕੇ ਜਿਹੜੀ ਤੇਰੀ ਸੁਰਤ ਹੈ ਨਾ ਉਹ ਪਵਿੱਤਰ ਹੋ ਜਾਏਗੀ ਕਾਦੇ ਨਾਲ ਭਗਤੀ ਨਾਲ ਹਰ ਕੀ ਭਗਤ ਕਰੋ ਮਨ ਮੀਤ ਪ੍ਰਭੂ ਦੀ ਭਗਤੀ ਕਰ ਉਹਦੀ ਭਗਤੀ ਉਹਦੇ ਚੰਗੇ ਗੁਣ ਸ਼ੁਭ ਗੁਣ ਲੈ ਕੇ ਜੇ ਤੂੰ ਦੁਨੀਆਦਾਰੀ ਵਿੱਚ ਵਿਚਰ ਰਿਆਂ ਇਹੋ ਹੀ ਭਗਤੀ ਹੈ ਉਹਦੀ ਭਗਤੀ ਕੀ ਹੈ ਜੇ ਉਹਦੀ ਗੱਲ ਮੰਨ ਰਿਆਂ ਇਹ ਹੀ ਉਹਦੀ ਭਗਤੀ ਹੈ ਤੇ ਜੇ ਤੂੰ ਉਹਦੇ ਪਹਾਣੇ ਵਿੱਚ ਰਹਿ ਰਿਆਂ ਹੈ ਇਹੋ ਹੀ ਉਹਦੀ ਭਗਤੀ ਹੈ ਜੇ ਤੂੰ ਸਤਿਗੁਰੂ ਦੀ ਗੱਲ ਮੰਨ ਰਿਆਂ ਇਹੋ ਹੀ ਉਹਦੀ ਭਗਤੀ ਹੈ ਪਿਆਰਿਆ ਜੇ ਗੁਰੂ ਦੀ ਬਾਣੀ ਕਿਉਂ ਪੜ੍ਹਨੀ ਹੈ ਕਿਉਂਕਿ ਉਹ ਤੋਂ ਉਪਦੇਸ਼ ਲੈਣਾ ਵੀ ਸਤਗੁਰੂ ਮੈਨੂੰ ਉਪਦੇਸ਼ ਦਿਓ ਮੈਨੂੰ ਮੇਰੀ ਜ਼ਿੰਦਗੀ ਸਬਰ ਜਾਏ ਪਾਤਸ਼ਾਹ ਜੀ ਐਸੀ ਕਿਰਪਾ ਕਰੋ ਸਤਗੁਰੂ ਜੀ ਐਸੀ ਰਹਿਮਤ ਕਰੋ ਇਹ ਹੁੰਦੀ ਹੈ ਅਸਲ ਬੰਦਗੀ ਅਸਲ ਭਗਤੀ ਭਗਤੀ ਉਹ ਨਹੀਂ ਵੀ ਗੁਰਬਾਣੀ ਪੜੀ ਗਏ ਪੜੀ ਗਏ ਫੇਰ ਦੁਨੀਆਦਾਰੀ ਚੋਹੀ ਕੁਝ ਕਰੀ ਕੇ ਗੁਰਬਾਣੀ ਤੋਂ ਕੁਝ ਸਿੱਖਿਆ ਨਾ ਸਾਥ ਸੰਗਤ ਗੁਰੂ ਦੇ ਉਪਦੇਸ਼ ਤੋਂ ਕੁਝ ਸਿੱਖਿਆ ਨਾ ਕੁਝ ਨਵਾਂ ਲਿਆ ਨਾ ਅਸੀਂ ਉਹੀ ਕੰਮ ਕਰੀ ਗਏ ਉਹੀ ਫਿਰ ਚੀਜ਼ਾਂ ਸਾਡੀਆਂ ਚੱਲੀ ਗਈਆਂ ਉਹਦਾ ਕੋਈ ਫਾਇਦਾ ਨਹੀਂ ਹੈ ਭਾਵੇਂ ਅਸੀਂ ਜਿੰਨਾ ਮਰਜ਼ੀ ਕੁਝ ਕਰ ਲਈਏ ਕੋਈ ਫਾਇਦਾ ਨਹੀਂ ਉਹਨਾਂ ਚੀਜ਼ਾਂ ਦਾ ਕੋਈ ਜੜੀਆਂ ਖਾਸ ਗੱਲਾਂ ਉਹ ਨਹੀਂ ਹਨ ਸਾਥ ਸੰਗਤ ਇਸ ਵਿਸ਼ੇ ਤੇ ਭਾਵੇਂ ਕੋਈ ਜਿਵੇਂ ਮਰਜੀ ਸਮਝੇ ਇਸ ਵਿਸ਼ੇ ਨੂੰ ਭਾਵੇਂ ਕੋਈ ਜਿਵੇਂ ਮਰਜੀ ਇਖਤਿਆਰ ਕਰ ਲੇ ਪਰ ਯਾਦ ਰੱਖਿਓ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਰਹਿਮਤਾਂ ਕਰਦੇ ਨੇ ਸੋ ਸਾਧ ਸੰਗਤ ਜਦੋਂ ਆਪਾਂ ਸਮਝਾਂਗੇ ਨਾ ਵੀ ਉਹ ਪਰਮਾਤਮਾ ਉਹਦਾ ਬਚਨ ਮੰਨਣ ਦੇ ਵਿੱਚ ਤੇ ਜਾਂ ਫਿਰ ਆਪਾਂ ਉਹਦੇ ਨਾਲ ਜੁੜ ਕੇ ਆਪਾਂ ਆਪਣੇ ਆਪ ਨੂੰ ਸੁਭਾਗੇ ਸਮਝਾਂਗੇ ਫੇਰ ਅਸਲ ਦੇ ਵਿੱਚ ਇਹਨਾਂ ਚੀਜ਼ਾਂ ਦੀ ਸਮਝ ਪਾਏਗੀ ਪਿਆਰਿਓ ਫਿਰ ਬੰਦਾ ਝੂਠ ਨਹੀਂ ਬੋਲਦਾ ਫਿਰ ਸੱਚ ਬੋਲਦਾ ਹੈ ਸਾਧ ਸੰਗਤ ਆਪ ਜਪੋ ਅਵਰਾ ਨਾਮ ਜਪਾਵੋ ਫਿਰ ਸਥਿਤੀ ਇਹੋ ਜੀ ਬਣ ਜਾਂਦੀ ਹੈ ਸਾਧ ਸੰਗਤ ਇਸ ਸਾਲ ਨਵੇਂ ਸਾਲ ਤੇ ਮੈਂ ਬੇਨਤੀ ਕਰਾਂ ਕੱਲਾ ਸਾਲ ਦੇ ਮੁਤਾਬਕ ਜਾਂ ਕਲੰਡਰ ਦੀ ਤਰੀਕ ਦੇ ਮੁਤਾਬਕ ਖੁਸ਼ੀਆਂ ਨਾ ਮਨਾਇਓ ਵੀ ਨਵਾਂ ਸਾਲ ਆ ਗਿਆ ਜੀ ਪਤਾ ਨਹੀਂ ਕੀ ਕਰਤਾ ਜੀ ਇਹ ਹੋ ਗਿਆ ਨਹੀਂ ਨਹੀਂ ਪਿਆਰਿਓ ਉਥੇ ਯਾਦ ਰੱਖਿਓ ਆਪਣੇ ਆਪ ਨੂੰ ਨਵਾਂ ਕਰਨ ਦੇ ਵਿੱਚ ਯਕੀਨ ਕਰਿਓ ਦੀਵਾਲੀ ਆ ਗਈ ਉੱਥੇ ਦੀਵਾਲੀ ਦੇ ਵਿੱਚ ਬੰਬ ਪਟਾਕੇ ਫੋੜ ਕੇ ਜਾਂ ਫਿਰ ਅਸੀਂ ਖੁਸ਼ੀਆਂ ਫੋਕੀਆਂ ਖੁਸ਼ੀਆਂ ਮਨਾ ਕੇ ਨਾ ਕਈ ਵੀ ਬਹੁਤ ਕੁਝ ਕਰ ਲਿਆ ਜੀ ਵੱਡਾ ਤੀਰ ਮਾਰ ਲਿਆ ਨਾ 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 ਜੋ ਉੱਥੇ ਅਸੀਂ ਪਟਾਕੇ ਫੋੜਾਂਗੇ ਅਸੀਂ ਦੀਵਾਲੀ ਮਨਾਵਾਂਗੇ ਤੇ ਅਸਲ ਆਪਣੇ ਆਪ ਨੂੰ ਮਨਾਇਓ ਆਪਣੀ ਅੰਤਰ ਆਤਮਾ ਨੂੰ ਮਨਾਇਓ ਵੀ ਹੁਣ ਤੋਂ ਬਹੁਤ ਕੁਝ ਵੇਖ ਲਿਆ ਆਜਤ ਨੂੰ ਗੁਰੂ ਵਾਲੇ ਪਾਸੇ ਲੈ ਚੱਲੀਏ ਦੁਨੀਆਦਾਰ ਲੋਕ ਨਾਲ ਨਿਵਣ ਨਾ ਨਿਮਲ ਉਹ ਸੱਚਾ ਪਾਤਸ਼ਾਹ ਹਮੇਸ਼ਾ ਨਾਲ ਨਿਵਦਾ ਹੈ ਪਿਆਰਿਓ ਜਿਹੜਾ ਗੁਰੂ ਦਾ ਹੋ ਜਾਂਦਾ ਤੇ ਪਿਆਰਿਓ ਯਾਦ ਰੱਖਿਓ ਸਤਗੁਰੂ ਫਿਰ ਉਹਦੇ ਹੋ ਜਾਂਦੇ ਨੇ ਫਿਰ ਦੁਨੀਆਦਾਰੀ ਦੇ ਵਿੱਚੋਂ ਸਾਂਝ ਹੀ ਮੁੱਕ ਜਾਂਦੀ ਹੈ ਅਸਲ ਮਿੱਤਰ ਤਾਂ ਗੁਰੂ ਹੀ ਹੈ ਜੋ ਸਾਡੇ ਨਾਲ ਨਿਭਾਏਗਾ ਆ ਦੁਨੀਆਦਾਰੀ ਦੀਆਂ ਮਿੱਤਰਤਾਵਾਂ ਇਹ ਸਭ ਫੋਕੀਆਂ ਨੇ ਇਹ ਯਾਦ ਰੱਖਿਓ ਜੀ ਜੋ ਕੁਝ ਮੰਗਣਾ ਹੈ ਗੁਰੂ ਤੋਂ ਮੰਗੇਓ ਤੁਹਾਡੀ ਝੋਲੀ ਭਰੇਗਾ ਜੋ ਕੁਝ ਲੈਣਾ ਹੈ ਗੁਰੂ ਤੋਂ ਲਿਓ ਤੁਹਾਨੂੰ ਕਦੇ ਵੀ ਦੇ ਕੇ ਵਾਪਸ ਨਹੀਂ ਮੰਗੇਗਾ ਪਿਆਰਿਓ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਿਓ ਤੇ ਇਹ ਗੱਲ ਯਾਦ ਰੱਖਿਓ ਸੁਨਤ ਕਹਿਤ ਰਹਿਤ ਗਤ ਪਾਵੋ ਸੁਣਦਿਆਂ ਉਚਾਰਦਿਆਂ ਨਿਰਮਲ ਰਹਿਣੀ ਰਹਿੰਦੇ ਆ ਉੱਚੀ ਅਵਸਥਾ ਬਣ ਜਾਏਗੀ ਜਦੋਂ ਅਸੀਂ ਗੁਰੂ ਦੇ ਮੁਤਾਬਕ ਚੱਲਾਂਗੇ ਸਤਿਗੁਰੂ ਦੀ ਮੰਨ ਕੇ ਚੱਲਾਂਗੇ ਸੋ ਪਿਆਰਿਓ ਇਹੋ ਜੇ ਆਪਣੇ ਜੀਵਨ ਦਾ ਇਖਤਿਆਰ ਤਿਆਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ